ਅੰਮ੍ਰਿਤਸਰ ਦੇ ਵਿੱਚ ਦੂਨ ਇੰਟਰਨੈਸ਼ਨਲ ਸਕੂਲ ਦਾ ਉਦਘਾਟਨ ਹੋ ਚੁੱਕਿਆ ਹੈ। ਸਮਾਗਮ ਦੇ ਵਿਸ਼ੇਸ਼ ਮਹਿਮਾਨ ਨਵਜੋਤ ਸਿੰਘ ਸਿੱਧੂ ਸਨ। ਸਕੂਲ ਦੇ ਪ੍ਰਬੰਧਕਾਂ ਦੇ ਬੱਚਿਆਂ ਨੂੰ ਉਨ੍ਹਾਂ ਨੇ ਸ਼ੁਭਕਾਮਨਾਵਾਂ ਦਿੱਤੀਆਂ। ਸਕੂਲ ਦੇ ਚੇਅਰਮੈਨ ਨਵਲ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਸੀ ਕਿ ਦੂਨ ਇੰਟਰਨੈਸ਼ਨਲ ਸਿਰਫ ਅੰਮ੍ਰਿਤਸਰ ਦਾ ਹੀ ਨਾ ਹੀ ਹੋ ਕੇ ਦੇਸ਼ ਦਾ ਨੰਬਰ ਇੱਕ ਸਕੂਲ ਬਣੇ। ਬੱਚੇ ਨੇ ਜਿਨ੍ਹਾਂ ਕੋਲ ਡਿਗਰੀਆਂ ਨੇ ਲੇਕਿਨ ਨੌਕਰੀਆਂ ਨਹੀਂ। ਵੇਖੋ, ਚੰਦਨ ਦਾ ਇੱਕ ਟੁਕੜਾ ਬਬੂਲ ਦੇ ਜੰਗਲ ਨਾਲੋਂ ਬਿਹਤਰ ਹੁੰਦਾ ਤੇ ਸ਼ਹਿਦ ਦੀ ਇੱਕ ਬੂੰਦ ਸਿਰਕੇ ਦੇ ਢੋਲ ਨਾਲੋਂ ਬਿਹਤਰ ਹੁੰਦੀ ਹੈ। ਕੁਆਲਿਟੀ ਐਜੂਕੇਸ਼ਨ ਜਿਹੜੀ ਨੌਕਰੀ ਦੇ ਦੇਵੇ, ਆਤਮ ਨਿਰਭਰ ਕਰਦੇ। ਤਿੰਨ ਪੀੜੀਆਂ ਖੋਈਆਂ ਸੀ ਕੱਤਵਾਦ ਚ, ਇੱਕ ਨਸ਼ਿਆਂ ਚ, ਤੇ ਹੁਣ 67,000 ਕਰੋੜ ਰੁਪਏ ਦੇ ਐਸੈਟਸ ਵੇਚ ਕੇ ਬੱਚੇ ਪੰਜਾਬ ਤੋਂ ਬਾਹਰ ਜਾਈ ਜਾਂਦੇ ਆ। ਇਹੋ ਜਿਹੇ ਕੁਆਲਿਟੀ ਐਜੂਕੇਸ਼ਨ ਦੇ ਜਦੋਂ ਸਕੂਲ ਹੋਣਗੇ ਤੇ ਮੈਨੂੰ ਨਹੀਂ ਲੱਗਦਾ ਕੋਈ ਜਵਾਕ ਬਾਹਰ ਜਾ ਕੇ ਪੜ੍ਹਨਾ ਚਾਹੂਗਾ।